ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ। ਤੁਸੀਂ ਵੇਖਦੇ ਪਏ ਹੋ ਪਾਕ ਪਤਨ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤ ਜਾਣਦੇ ਨੇ, ਅਸੀਂ ਡੇਲੀ ਕੋਸ਼ਿਸ਼ ਕਰਦੇ ਹਾਂ ਬਾਈਆਂ ਵਾਸਤੇ ਜਨਾਬ ਅੱਛੇ ਤੋਂ ਅੱਛੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਦੀ ਜਿਹੜੀ ਵੀਡੀਓ ਹੈ, ਇਹ ਲੋਡਿੰਗ ਦੀ ਵੀਡੀਓ ਹੈ, ਜਿਹੜੀ ਜਗ੍ਹਾ 'ਤੇ ਮੌਜੂਦ ਹੈ ਇਹ ਜਨਾਬ ਸਾਡੇ ਪਿਆਰੇ ਬਾਈ ਨੇ, ਬਾਈ ਸ਼ਹਿਜ਼ਾਦ ਖਾਂ ਅਤੇ ਬਾਈ ਆਸਿਫ ਸਾਹਿਬ ਲੱਖੋ ਕੇ ਐਵੇਂ ਇਹਨਾਂ ਦੇ। ਅਤੇ ਇਹ ਜਿਹੜੀ ਜਗ੍ਹਾ 'ਤੇ ਜਿਹੜਾ ਡੇਰਾ ਹੈ ਨਾ, ਇਹ ਤੁਹਾਨੂੰ ਅੱਜ ਫੁੱਲ ਤਾਰਫ ਕਰਵਾਉਂਦੇ ਪਏ ਹੈ। ਜਿਹੜਾ ਕੋਈ ਸਾਡਾ ਬਾਈ ਆਉਣਾ ਚਾਹੇ ਇੱਥੇ ਜਨਾਬ ਤੁਸੀਂ ਆਓ। ਸੌਦਾ ਬਣੇ ਨਾ ਬਣੇ ਉਹ ਇੱਕ ਨਸੀਬਾਂ ਦੀ ਗੱਲ ਹੈ, ਉਹ ਮੁਕੱਦਰ ਦੀ ਖੇਡ ਹੈ। ਇੱਥੇ ਜਨਾਬ ਤੁਸੀਂ ਆਓ ਸਾਡੇ ਕੋਲ, ਤੁਹਾਨੂੰ ਖਾਣਾ ਰਿਹਾਇਸ਼ ਫਰਾਹਮ ਕੀਤੀ ਜਾਸੀ, ਤੁਹਾਨੂੰ ਮੱਝ ਜਿਹੜੀ ਚੰਗੀ ਲੱਗੇ ਉਹ ਲੈ ਕੇ ਜਾਓ। ਇੱਥੇ ਤਕਰੀਬਨ 20-22 ਮੱਝਾਂ 25 ਮੱਝਾਂ ਆਉਂਦੀਆਂ ਨੇ। ਜਿਹੜੇ ਵੀਰਾਂ ਨੂੰ ਕੋਈ ਇੱਕ ਚਾਹੀਦੀ ਹੋਵੇ, ਦੋ ਚਾਹੀਦੀਆਂ ਹੋਵੇ, 10 ਚਾਹੀਦੀਆਂ ਹੋਵੇ, ਗਵਾਲ ਵਾਸਤੇ ਚਾਹੀਦੀ ਹੋਵੇ, ਸ਼ੌਕੀਨ ਮੱਝ ਚਾਹੀਦੀ ਹੋਵੇ, ਉਹ ਜਨਾਬ ਤੁਸੀਂ ਇੱਥੇ ਆ ਕੇ ਆਪਣੀ ਪਸੰਦ ਕਰਕੇ ਇੱਕ ਟਾਈਮ ਚੋਵੋ, ਦੋ ਟਾਈਮ ਚੋਵੋ, ਚਾਰ ਟਾਈਮ ਚੋ ਕੇ ਲੈ ਜਾਓ। ਇਹ ਜਨਾਬ ਆਰਫ ਵਾਲੇ ਤੋਂ ਤਕਰੀਬਨ 25 ਜਾਂ 26 ਕਿਲੋਮੀਟਰ ਦਾ ਡੇਰਾ ਹੈ ਚਾਚਾ ਸਰਦਾਰ ਅਤੇ ਚਾਚਾ ਗਫਾਰ ਖਾਨ ਲੱਖੋ ਦਾ। ਇਹ ਜਨਾਬ ਇਹਨਾਂ ਦਾ ਬੜਾ ਪਿਆਰ ਹੈ ਸਾਡੇ ਨਾਲ, ਤਾਵਣ ਕਰਦੇ ਨੇ। ਜਿਹੜੇ ਸਾਡੇ ਕੋਲ ਦੋਸਤ ਆਉਂਦੇ ਨੇ, ਮਹਿਮਾਨ ਆਉਂਦੇ ਨੇ, ਉਹਨਾਂ ਦੇ ਨਾਲ ਜਨਾਬ ਤਾਵਣ ਕਰਦੇ ਨੇ, ਪਿਆਰ ਕਰਦੇ ਨੇ। ਇਹਨਾਂ ਦੇ ਪਿਆਰ ਦਾ ਸ਼ੁਕਰੀਆ ਹੈ। ਦੁਬਾਰਾ ਦੋਸਤਾਂ ਨੂੰ ਦੱਸ ਦੇਵਾਂ, ਚਾਚਾ ਸਰਦਾਰ ਔਰ ਜਨਾਬ ਚਾਚਾ ਗਫਾਰ ਖਾਨ ਲੱਖੋ ਦਾ। ਇਹ ਅੱਡਾ ਜਮਨ ਸ਼ਾਹ ਜੇ, ਜਮਨ ਸ਼ਾਹ ਦੇ ਬਿਲਕੁਲ ਰੋਡ ਦੇ ਉੱਤੇ, ਜਮਨ ਸ਼ਾਹ ਤੋਂ ਅੱਗੇ ਲੰਘ ਕੇ 1 ਕਿਲੋਮੀਟਰ ਜਾਂ 1/2 ਕਿਲੋਮੀਟਰ ਕਰੋਗੇ, ਇਹ ਬਿਲਕੁਲ ਰੋਡ ਦੇ ਉੱਤੇ ਜਨਾਬ ਡੇਰਾ ਹੈ। ਆਰਾ ਫਲੇ ਤੋਂ 25 ਕਿਲੋਮੀਟਰ ਜਾਂ 26 ਕਿਲੋਮੀਟਰ ਬਣਦਾ ਜੇ ਚੌਕ ਮਰਲੇ ਤੋਂ 6 ਜਾਂ 7 ਕਿਲੋਮੀਟਰ ਦੇ। ਬਾਕੀ ਜਨਾਬ ਅੱਜ ਜਿਹੜੀ ਬਾਈ ਵਾਰੀ ਆਏ ਨੇ ਸਾਡੇ ਕੋਲ, ਜਿਹੜੀ ਮੱਝ ਅਸੀਂ ਖਰੀਦੀ ਹੈ ਉਹਨਾਂ ਦੇ ਕੋਲ, ਉਹ ਤੁਹਾਨੂੰ ਵਿਖਾਉਂਦੇ ਹਾਂ। ਅਤੇ ਬਾਈ ਵਾਰਾਂ ਦੇ ਕੋਲ ਵੀ ਜਨਾਬ ਬਿਆਨ ਲੈਂਦੇ ਹਾਂ ਵੀ ਮੱਝ ਉਹਨਾਂ ਨੇ ਆਪਣੀ ਪਾਸ ਕਰ ਲਈਏ, ਇੱਥੇ ਆਏ ਹਾਂ, ਸਾਰਾ ਇਲਾਕਾ ਫਿਰਾਇਆ ਹੈ, ਫਿਰ ਇੱਥੇ ਆਏ ਹਾਂ ਮੱਝ ਜਨਾਬ ਲਈਏ। ਅਤੇ ਬਾਕੀ ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ, ਓਵਰਸੀਜ਼ ਪਾਕਿਸਤਾਨੀ ਨੇ ਜਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਏ ਹਾਂ, ਸਾਡੇ ਸਿਸਟਮ ਦੇ ਨਾਲ ਜੁੜੇ ਨੇ, ਸਾਡੇ ਚੈਨਲ ਦੇ ਨਾਲ ਜੁੜੇ ਨੇ, ਸਾਡੇ ਨਾਲ ਜੁੜੇ ਨੇ, ਮੱਝਾਂ ਦੀ ਖਰੀਦਦਾਰੀ ਕਰਦੇ ਨੇ, ਉਹਨਾਂ ਜਨਾਬ ਸਾਰੇ ਬਾਈਆਂ ਦਾ ਸ਼ੁਕਰੀਆ ਹੈ। ਖਾਸ ਤੌਰ 'ਤੇ ਜਿਹੜੇ ਵੀਡੀਓ ਵੇਖਦੇ ਹੋ, ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ, ਉਹਨਾਂ ਸਾਰੇ ਬਾਈਆਂ ਦਾ ਸ਼ੁਕਰੀਆ। ਜਿਹੜੇ ਦੋਸਤ ਬਾਹਰ ਬਹਿ ਕੇ ਸਾਡੇ 'ਤੇ ਇਤਮਾਦ ਕਰਦੇ ਨੇ, ਸਾਡੇ 'ਤੇ ਭਰੋਸਾ ਕਰਕੇ ਜਨਾਬ ਪੇਮੈਂਟਾਂ ਔਨਲਾਈਨ ਲਵਾਉਂਦੇ ਨੇ, ਉਹਨਾਂ ਨੂੰ ਲਵਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ ਲਵਾਉਣੀਆਂ ਚਾਹੀਦੀਆਂ, ਉਹ ਸਾਰੀ ਗੱਲਬਾਤ ਆਪਾਂ ਬਾਈ ਉਹਦੇ ਨਾਲ ਕਰਨੇ ਹਾਂ। ਇੱਥੇ ਆਓ ਖਾ ਜੀ। ਅੱਛਾ, ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ ਜੀ? ਸਿਹਤਾਂ ਤਬੀਤਾਂ ਠੀਕ ਹੈ ਨਾ? ਸ਼ੁਕਰ ਮੁਰਸ਼ਦ ਪਾਕ, ਤੁਸੀਂ ਆਪਣਾ ਨਾਮ ਦੱਸਣਾ ਜੀ ਪਿਆਰਾ ਜੀ? ਆ ਅਸਲਾਮੁ ਅਲੈਕੁਮ ਜੀ, ਮੇਰਾ ਨਾਂ ਜੀ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਜੀ, ਲਾਹੌਰੋਂ ਅਸੀਂ ਆਏ ਹਾਂ। ਮਾਸ਼ਾਅੱਲਾ ਬਹੁਤ ਅੱਛਾ ਇਹਨਾਂ ਸਾਡੇ ਨਾਲ ਤਾਵਣ ਕੀਤਾ, ਬਹੁਤ ਜ਼ਿਆਦਾ ਜੀ। ਅਤੇ ਮੈਂ ਵੀ, ਸਾਨੂੰ ਜਿਹੜੀ ਪਸੰਦ ਆਈ ਅਸੀਂ ਲਈਏ, ਇਹਨਾਂ ਉਹਦੇ 'ਤੇ ਵੀ ਸਾਡੇ ਨਾਲ ਬੜਾ ਤਾਵਣ ਕੀਤਾ, ਪਿਆਰ ਹੋਇਆ, ਬੜਾ ਪਿਆਰ ਹੋਇਆ, ਬੜਾ ਖਾਣਾ ਛਾਣਾ ਸਾਨੂੰ ਇਹਨਾਂ ਖਿਲਾਇਆ, ਜੋ ਤੁਸੀਂ ਰੇਟ ਲਾਇਆ ਉਸੇ ਰੇਟ 'ਤੇ ਤੁਹਾਨੂੰ ਲੱਭੀ ਹੈ ਨਾ? ਜੋ ਇਹਨਾਂ, ਮੈਂ ਜੋ ਆਖਿਆ ਆਪਣੀ ਮਰਜ਼ੀ ਨਾਲ, ਇਹਨਾਂ ਆਖਿਆ ਸ਼ਾਹ ਸਾਹਿਬ ਲੈ ਜਾਓ, ਬੋਲੇ ਤਾਂ ਨਹੀਂ ਨਾ ਅੱਗੋਂ, ਇਹ ਦੁਬਾਰਾ ਮੇਰੀ ਗੱਲ 'ਤੇ ਬੋਲੇ ਨਹੀਂ। ਇਹਨਾਂ ਮੇਰੇ ਕੋਲ ਜਿਹੜਾ ਵੀ ਰੇਟ ਆਖਿਆ, ਇਹਨਾਂ ਨੂੰ ਮੈਂ ਆਪਣੀ ਮਰਜ਼ੀ ਦਾ ਆਖਿਆ ਵੀ ਆਹ ਰੇਟ ਤੁਹਾਨੂੰ ਦੇਣਾ,
ਇਹ ਅੱਗੋਂ ਬੋਲੇ ਨਹੀਂ ਨਾ ਸ਼ਾਹ ਸਾਹਿਬ, ਜਿਵੇਂ ਤੁਹਾਡੀ ਦਿਲ ਕਰਦਾ ਉਹਨੂੰ ਕਰ ਲਓ। ਮਾਂ ਜਨੇਲੀ ਦੀ ਲੈ ਕੇ ਮੈਂ ਇਨਸ਼ਾਅੱਲਾ ਲਾਹੌਰ ਮੈਂ ਭੇਜਣੀ ਹੈ ਨਾਰੋਵਾਲ ਮਾਸ਼ਾਅੱਲਾ, ਅਤੇ ਮੈਂ ਤਾਂ ਬੱਚਾ ਲੈ ਕੇ ਚੱਲੇ ਹਾਂ। ਇਹ ਗੱਲ ਨਹੀਂ ਵੀ ਅਸੀਂ ਸੱਤਵੇਂ ਜ਼ਿਲ੍ਹੇ 'ਚ ਮੈਂ ਭੇਜਣੀ ਹੈ, ਅਤੇ ਐਵੇਂ ਲਾਗੜ ਭਾਗੜ ਨਹੀਂ ਲਿਆ, ਅਤੇ ਇਹੋ ਜਿਹੀਆਂ ਲੈਣੀ ਹੁੰਦੀ ਜੀ। ਅਤੇ ਅਸੀਂ ਸਾਡੇ ਇਲਾਕੇ ਬੜੀਆਂ ਹੈਗੀਆਂ ਨੇ, ਸਹੀ ਹੈ, ਅਤੇ ਅਸੀਂ ਆਖਿਆ ਸੀ ਮੈਂ ਲੈਣੀ ਨੀਲੀ ਦੀ। ਸ਼ਹਿਜ਼ਾਦ ਸਾਹਿਬ ਹੋਰਾਂ ਦਾ ਰੱਬ ਭਲਾ ਕਰੇ, ਰੱਬ ਤੰਦਰੁਸਤੀ ਦੇਵੇ, ਬਹੁਤ ਅੱਛੇ ਬੰਦੇ ਨੇ। ਸੱਯਦ ਦਾ ਨਾਂ ਸੁਣ ਤੇ ਮੇਰੀ ਬਹੁਤ ਜ਼ਿਆਦਾ ਹੈ ਨਾ ਇੱਜ਼ਤ ਕੀਤੀ, ਬਹੁਤ ਜ਼ਿਆਦਾ ਹੀ। ਮੈਂ ਜਿੰਨੀ ਵੀ ਤਾਰੀਫ ਕਰਾਂ ਉਨੀ ਥੋੜ੍ਹੀ ਹੈ, ਕਿ ਮੈਂ ਪਹਿਲੀ ਦਫ਼ਾ ਉਹਨਾਂ ਦੇ ਡੇਰੇ 'ਤੇ ਆਇਆ, ਉਹਨਾਂ ਰੋਟੀ ਪਾਣੀ ਵੱਲੋਂ ਜੋ ਵੀ ਉਹਨਾਂ ਬਹੁਤ ਮੇਰੀ ਇੱਜ਼ਤ ਕੀਤੀ। ਮੈਂ ਦੀ ਰੇਟ ਦੀ ਗੱਲ ਹੋਈ ਹੈ, ਉਹਨਾਂ ਮੰਗਿਆ, ਮੈਂ ਜੋ ਆਖਿਆ ਉਹਨਾਂ ਨੇ ਮੇਰੀ ਗੱਲ ਮੁੜੀ ਨਹੀਂ। ਉਹਨਾਂ ਸੱਯਦ ਹੈ ਤੂੰ, ਅਸੀਂ ਤੇਰੀ ਗੱਲ ਨਹੀਂ ਮੋੜ। ਇਲਾਕਾ ਨੀਲੀ ਦਾ, ਇਲਾਕਾ ਨੀਲੀ ਦਾ, ਮਾਜ ਨੀਲੀ ਦੀ ਲੈ ਕੇ ਜਾ ਰਹੇ ਹਾਂ, ਨੀਲੀ ਦੇ ਲੈ ਜਾ ਰਹੇ ਹਾਂ। ਸਾਨੂੰ ਇਹ ਵੀ ਕਿਸੇ ਗੱਲ ਦਾ ਸਾਨੂੰ ਟੈਨਸ਼ਨ ਨਹੀਂ, ਸਾਨੂੰ ਖੁਸ਼ੀ, ਰਾਜ਼ੀ ਹੋਣਾ ਬਿਲਕੁਲ, ਅਸੀਂ ਕਰਨਾ ਫੁੱਲ ਮੋਤ ਮੈਨੂੰ ਸਾਡੇ ਦੇ, ਸਾਡੀ ਟੀਮ ਦੇ, ਭਾਈ ਹੋਰਾਂ ਦੇ, ਬਿਲਕੁਲ ਸਭ ਤੇ ਵੇਖਣ ਵਾਲੇ ਭਾਈਆਂ ਨੂੰ ਕੀ ਕਹੋਗੇ ਵੀ ਕੰਮ ਸਹੀ ਇੱਥੇ ਹੁੰਦਾ ਜਾਂ ਗਲਤ ਹੁੰਦਾ? ਇਨਸ਼ਾਅੱਲਾ ਸਹੀ ਹੋਵੇਗਾ, ਇਨਸ਼ਾਅੱਲਾ ਤਾਵਣ ਸਹੀ ਅਸੀਂ ਕਰਨੇ ਆ, ਸਾਰਿਆਂ ਨੂੰ ਦੱਸਾਂਗੇ ਬਿਲਕੁਲ ਸਹੀ ਤਾਵਣ ਹੁੰਦਾ। ਠੀਕ ਹੋ ਗਿਆ, ਬਾਕੀ ਨਾ ਭਾਈ ਇਜਾਜ਼ ਸਾਹਿਬ ਹੈ ਨੇ, ਤੇ ਮਾਂ ਜੀ ਦੋਸਤਾਂ ਨੂੰ ਵਿਖਾਓ ਤੇ ਗੱਲਾਂ ਬਾਹਰ ਲਈਆਂ ਤੇ ਲੈ ਚਲਵਾਨੇ, ਲੈ ਚਲੋ ਜੀ, ਲੈ ਚਲੋ। ਇਹ ਜਨਾਬ ਦੋਸਤਾਂ ਦਾ ਪਿਆਰ ਹੈ, ਜਿਹੜੇ ਵੇਖਣ ਵਾਲੇ ਦੋਸਤ ਸਾਡੇ ਨਾਲ ਜੁੜੇ ਨੇ ਸਾਡੇ ਸਿਸਟਮ ਦੇ ਨਾਲ, ਉਹਨਾਂ ਸਾਰੇ ਭਾਈਆਂ ਦਾ ਪਿਆਰ ਹੈ ਤੇ ਸ਼ੁਕਰੀਆ ਵੀ ਹੈ। ਬਾਕੀ ਲੈ ਚਲੋ ਜੀ, ਲੈ ਚਲੋ। ਤੁਹਾਨੂੰ ਲੋਕੇਸ਼ਨ ਪਹਿਲੇ ਵੀ ਦਿੱਤੀ ਹੈ ਤੇ ਹੁਣ ਵੀ ਦੱਸਦੇ ਪਏ ਕਿ ਆਰਾਫ ਵਾਲੇ ਸ਼ਹਿਰ ਤੋਂ 25 ਜਾਂ 26 ਕਿਲੋਮੀਟਰ ਦੇ ਜਨਾਬ ਅੱਡਾ ਜਮਨ ਸ਼ਾਹ ਬੜਾ ਮਸ਼ਹੂਰ ਹੈ। ਜਮਨ ਸ਼ਾਹ ਲਾਗੇ 17 ਕਿਲੋਮੀਟਰ ਕਰੋਗੇ ਤੇ ਨਾਲ ਹੀ ਜਨਾਬ ਹੈ ਡੇਰਾ ਹੈ। ਪਿਛਲੇ ਦਿਹਾੜਿਆਂ ਦੇ ਵਿੱਚ ਵੀ 6 ਮੱਝਾਂ ਬਾਈ ਵਾਲੀ ਲੈ ਕੇ ਗਏ ਨੇ, ਫਿਰ ਜਨਾਬ 3 ਮੱਝਾਂ ਲੈ ਕੇ ਗਏ ਨੇ, ਉਸ ਤੋਂ ਪਹਿਲੇ ਮੱਝ ਜਾ ਕੇ ਗਈ ਹੈ ਤੇ ਐਵੇਂ ਸਿਲਸਿਲਾਵਾਰ ਮੱਝਾਂ ਜਿਹੜੀਆਂ ਹੈ ਨੇ ਉਹ ਚੜ੍ਹਦੀਆਂ ਰਹਿੰਦੀਆਂ ਨੇ ਤੇ ਡਿੱਗਦੀਆਂ ਰਹਿੰਦੀਆਂ ਨੇ। ਇਹ ਤੁਹਾਨੂੰ ਪਹਿਲੇ ਦੱਸ ਦਿੱਤਾ ਵੀ ਸੌਦਾ ਬਣੇ ਨਾ ਬਣੇ, ਤੁਸੀਂ ਇਸ ਇਲਾਕੇ ਦੇ ਵਿੱਚ ਆਉਂਦੇ ਹੋ ਸਾਡੇ ਕੋਲ ਆਓ, ਸੌਦਾ ਤੁਸੀਂ ਜਿੱਥੋਂ ਮਰਜ਼ੀ ਲਵੋ, ਮੱਝਾਂ ਜਿੱਥੋਂ ਮਰਜ਼ੀ ਖਰੀਦੋ ਤੇ ਇੱਥੇ ਜਨਾਬ ਸਾਡੇ ਕੋਲ ਆਓ, ਤੁਹਾਨੂੰ ਮੱਝਾਂ ਤੋਂ ਹੱਟ ਕੇ ਤੁਹਾਡੇ ਨਾਲ ਦਾਵਣ ਕੀਤਾ ਜਾਣਾ ਇਨਸ਼ਾਅੱਲਾ। ਖਾਣਾ ਪਾਣੀ ਜਨਾਬ ਤੁਹਾਨੂੰ ਇਨਸ਼ਾਅੱਲਾ ਅਸੀਂ ਦੇਵਾਂਗੇ ਤੇ ਜਿਤਨਾ ਸਾਡੇ ਕੋਲ ਹੋ ਸਕਿਆ ਅਸੀਂ ਦੋਸਤਾਂ ਦੇ ਨਾਲ ਦਾਵਣ ਕਰਾਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਕਰਨਾ ਲਾਈਕ ਤੇ ਸ਼ੇਅਰ ਤੇ ਕਮੈਂਟਾਂ ਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਅਗਾਹ ਕਰਨਾ ਨਵੀਂ ਅੱਛੀ
ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।